ਜਿਹੜਾ ਹੀਟ ਵੇਵਸ ਤੋਂ ਬਚਣ ਵਾਸਤੇ ਕਿਸ ਤਰ੍ਹਾਂ ਦਾ ਪ੍ਰੀਕਾਸ਼ਨਸ ਨੇ? ਦੇਖੋ ਸਰ, ਹੀਟ ਵੇਵ ਜਦੋਂ ਵੀ ਆਪਣਾ ਜੂਨ ਦੇ ਆਸ ਪਾਸ ਮੌਸਮ ਚੇਂਜ ਹੁੰਦਾ, ਗਰਮੀ ਜਿਹੜੀ ਪੀਕ 'ਤੇ ਪਹੁੰਚ ਜਾਂਦੀ ਹੈ, ਤੁਸੀਂ ਦੇਖਦੇ ਹੋ ਆਮ ਦੇ ਟਾਈਮ ਤੋਂ ਦੇਖਦੇ ਹਾਂ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਜਿਵੇਂ ਵਿੰਟਰ ਆਈ ਜਾਂ ਸਮਰ ਆਈ, ਗੌਰਮੈਂਟ ਦੀ ਗਾਈਡਲਾਈਨਸ ਹੁੰਦੀ ਹੈ, ਛੁੱਟੀਆਂ ਸਰਕਾਰ ਜਲਦੀ ਕਰ ਦਿੰਦੀ ਹੈ, ਉਹ ਸਕੂਲ ਦੇ ਟਾਈਮਿੰਗਸ ਹੈ ਜਿਵੇਂ 9 ਵਜੇ ਆਇਆ, 7 ਵਜੇ ਕਰਤਾ ਤਾਂ ਕਿ 12-1 ਵਜੇ ਤੱਕ ਛੁੱਟੀ ਕਰ ਦਿੱਤੀ। ਗੌਰਮੈਂਟ ਦਾ ਪਰਪਸ ਇਹੀ ਹੁੰਦਾ ਹੈਗਾ ਜਦੋਂ ਵੀ ਕੋਈ ਹੀਟਸ ਦੇ ਜਦੋਂ ਪੀਕ 'ਤੇ ਪਹੁੰਚ ਜਾਂਦਾ ਟੈਂਪਰੇਚਰ, ਤਾਂ ਕਿ ਹੀਟ ਸਟ੍ਰੋਕ ਦੇ ਪੇਸ਼ੈਂਟਸ ਨਾ ਜ਼ਿਆਦਾ ਹੋਣ। ਲੋਕ ਜੇ ਗਰਮੀਆਂ 'ਚ ਧੁੱਪ 'ਚ ਬਾਹਰ ਜਾਣਗੇ ਤਾਂ ਉਹਨਾਂ ਨੂੰ ਜ਼ਿਆਦਾ ਕੀ ਹੈ, ਡੀਹਾਈਡਰੇਸ਼ਨ ਹੋ ਸਕਦੀ ਹੈ। ਡੀਹਾਈਡਰੇਸ਼ਨ ਹੋਏਗੀ, ਫਲੂਇਡ ਲੋਸ ਹੋ ਜਾਏਗਾ। ਕਈ ਵਾਰੀ ਆਪਾਂ ਦੇਖ ਰਹੇ ਹਾਂ ਬੱਸਿਸ ਦੀ ਵੇਟ ਕਰ ਰਹੇ ਹੁੰਦੇ ਲੋਕ ਬੱਸ ਸਟੋਪ 'ਤੇ, ਹੁਣ ਤਾਂ ਫਿਰ ਵੀ ਗੌਰਮੈਂਟਸ ਨੇ ਕਾਫੀ ਸ਼ੈਲਟਰਸ ਬਣਾ ਦਿੱਤੇ ਨੇ, ਲੇਕਿਨ ਪਿਛਲੇ ਟਾਈਮ ਕੀ ਹੁੰਦਾ ਸੀ, ਸ਼ੈਲਟਰਸ ਨਹੀਂ ਹੁੰਦੇ ਸੀ, ਲੋਕ ਧੁੱਪ 'ਚ ਖੜ੍ਹੇ ਬੱਸਾਂ ਦੀ ਵੇਟ ਕਰ ਰਹੇ ਹੁੰਦੇ ਸੀਗੇ, ਅਤੇ ਪਾਣੀ ਮਤਲਬ ਉੱਥੇ ਕਈ ਵਾਰੀ ਹੈਂਡ ਪੰਪ ਨਹੀਂ ਹੁੰਦਾ ਸੀਗਾ ਅਤੇ ਚੱਕਰ ਖਾ ਕੇ ਗਿਰ ਜਾਂਦੇ ਸੀ, ਅਤੇ ਆਪਣੇ ਕੋਲ ਹੋਸਪਿਟਲ ਪੇਸ਼ੈਂਟ ਆਉਂਦੇ ਸੀਗੇ, ਡਾਕਟਰ ਸਾਹਿਬ ਪੇਸ਼ੈਂਟ ਖੜ੍ਹਾ ਸੀਗਾ, ਬੱਸ ਸਟੋਪ 'ਤੇ ਗਿਰ ਗਿਆ, ਇਕਦਮ ਬੇਹੋਸ਼ ਹੋ ਗਿਆ, ਉਹ ਕਾਰਨ ਹੀ ਹੀਟ ਸਟ੍ਰੋਕ ਸੀਗਾ ਪੇਸ਼ੈਂਟ ਨੂੰ। ਓਕੇ, ਅਤੇ ਸਰ, ਕਿਉਂਕਿ ਹੁਣ ਲਗਾਤਾਰ ਟੈਂਪਰੇਚਰ ਵੱਧ ਰਿਹਾ, ਗਰਮੀ ਵੱਧ ਰਹੀ ਹੈ, ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਹਿਦਾਇਤਾਂ ਦਿੰਦੇ ਹੋ, ਕਿਉਂਕਿ ਜਿਹੜੇ ਪੇਸ਼ੈਂਟਸ ਹੁੰਦੇ ਉਹਨਾਂ ਵਾਸਤੇ ਵੀ ਕਾਫੀ? ਦੇਖੋ, ਗਵਰਨਮੈਂਟ ਪਹਿਲੇ ਵੀ ਗਾਈਡਲਾਈਨਸ ਕਿਹਾ ਸੀਗਾ ਵੀ ਜਦੋਂ ਵੀ ਟੈਂਪਰੇਚਰ ਜਿਵੇਂ ਹੁਣ ਤੁਸੀਂ ਕਹਿ ਰਹੇ 45-44 ਤੱਕ ਪਹੁੰਚ ਜਾਏਗਾ ਆਉਣ ਦੇ ਟਾਈਮ, ਗਵਰਨਮੈਂਟ ਪ੍ਰੀਕੋਸ਼ਨਰੀ ਮੈਜਰਸ ਐਡਵਾਈਜ਼ ਕਰ ਰਹੀ ਹੈ ਲੋਕਾਂ ਨੂੰ, ਉਹਦੇ 'ਚ ਇਹ ਕਹਾਂਗੇ ਜਦੋਂ ਪੀਕ ਗਰਮੀ ਹੈ, ਤੁਸੀਂ ਦੇਖੋਗੇ ਨੋਰਮਲੀ ਆਪਾਂ 8-9 ਵਜੇ ਤੋਂ ਬਾਅਦ ਆਪਾਂ ਜੇ ਬਾਹਰ ਜਾਂਦੇ ਹਾਂ ਤਾਂ ਆਪਾਂ ਨੂੰ ਪੂਰੀ ਗਰਮੀ ਲੱਗ ਰਹੀ ਹੁੰਦੀ ਹੈ, ਇਹੀ ਜਦੋਂ ਪੀਕ 11-12 ਵਜੇ ਦਾ ਟਾਈਮ ਹੈ ਤਾਂ ਲੋਕਾਂ ਨੂੰ ਐਡਵਾਈਜ਼ ਹੈ ਜਿਹੜੇ ਸੀਨੀਅਰ ਸਿਟੀਜ਼ਨਸ ਨੇ, ਅਨਲੈਸ ਅੰਟਿਲ ਤੁਹਾਨੂੰ ਕੋਈ ਡਾਇਰ ਐਮਰਜੈਂਸੀ ਨਹੀਂ ਹੈਗੀ, ਤੁਸੀਂ ਘਰੋਂ ਬਾਹਰ ਨਾ ਨਿਕਲੋ, ਅਤੇ ਇੱਕ ਆਪਦੇ ਨਾਲ ਵਾਟਰ ਬੋਟਲ ਜ਼ਰੂਰ ਰੱਖੋ ਜੇ ਆਪਾਂ ਕੋਈ ਬਾਹਰ ਜਾ ਰਹੇ ਹਾਂ। ਸਪੋਜ਼ ਕੋਈ ਜੋਬ ਕਰਦਾ ਹੈ, ਕੋਈ ਬੱਸਿਸ 'ਤੇ ਸਫ਼ਰ ਕਰਨਾ ਪੈ ਰਿਹਾ, ਕਿਸੇ ਨੂੰ ਕਿਸੇ ਜ਼ਰੂਰੀ ਕੰਮ ਦੇ ਕਾਰਨ, ਆਪਦੇ ਨਾਲ ਪਾਣੀ ਬੋਟਲ ਜ਼ਰੂਰ ਰੱਖਣ, ਤਾਂ ਕਿ ਪਾਣੀ ਦੀ ਕਮੀ ਸਰੀਰ 'ਚ ਨਹੀਂ ਆਉਣੀ ਚਾਹੀਦੀ, ਜ਼ਰੂਰੀ। ਹਾਂਜੀ ਹਾਂ, ਜੇ ਆਪਾਂ ਪਾਣੀ ਪ੍ਰੋਪਰ ਪੀਂਦੇ ਰਹਾਂਗੇ, ਜੇ ਆਪਾਂ ਸਪੋਜ਼ ਕੋਲ ਕਿੱਥੇ ਜਾ ਰਹੇ ਹਾਂ, ਸਾਈਕਲ ਚਲਾ ਰਹੇ ਹਾਂ, ਹਰ ਬੰਦਾ ਪੋਰਟੇਬਲ ਨਹੀਂ ਹੁੰਦਾ, ਏਸੀ 'ਚ ਨਹੀਂ ਰਹਿ ਸਕਦਾ, ਕੂਲਰ ਕਿਸੇ ਕੋਲ ਨਹੀਂ ਹੁੰਦਾ, ਸਾਈਕਲ 'ਤੇ ਸਫ਼ਰ ਕਰ ਰਿਹਾ, ਕਿਸੇ ਕੋਲ ਸਾਈਕਲ ਨਹੀਂ, ਕੋਈ ਪੈਦਲ ਜਾ ਰਿਹਾ, ਤਾਂ ਉਹਦਾ ਸਿਰ ਜ਼ਰੂਰ ਕਵਰ ਰੱਖਣ ਕਿਸੇ ਪਰਨੇ ਨਾਲ, ਤਾਂ ਕਿ ਆਪਾਂ ਨੂੰ ਜੋ ਕੀ ਹੈ ਇੱਕਦਮ ਆਪਾਂ ਨੂੰ ਸਿਰ 'ਤੇ ਆਪਾਂ ਨੂੰ ਹੀਟ ਸਟੋਕ ਦੇ ਚਾਂਸਿਸ ਨਾ ਹੋਣ। ਠੀਕ ਹੈ, ਇਸ ਤੋਂ ਇਲਾਵਾ ਸਰ, ਕਿਉਂਕਿ ਪਾਣੀ ਬਾਰ ਬਾਰ ਪੀਣਾ, ਤੁਸੀਂ ਕਿਹਾ ਕਿ ਟਾਈਮ ਟੂ ਟਾਈਮ ਪਾਣੀ ਜਿਹੜਾ ਹੈਗਾ ਉਹਨੂੰ ਵੀ ਜ਼ਰੂਰੀ ਹੈ। ਦੇਖੋ, ਇੱਕ ਤਾਂ ਪਾਣੀ ਦੀ ਕੰਜ਼ਮਪਸ਼ਨ ਜਿਹੜੀ ਆਪਾਂ ਨੂੰ ਇਨਕਰੀਜ਼ ਕਰਨੀ ਹੈ, ਕਿਉਂਕਿ ਆਪਾਂ ਗਰਮੀਆਂ 'ਚ ਕੀ ਆਪਣਾ ਸਵੈਟਿੰਗ ਦੇ ਕਾਰਨ ਪਾਣੀ ਸਰੀਰ 'ਚੋਂ ਲੋਸ ਹੋ ਜਾਏਗਾ ਪਸੀਨੇ ਨਾਲ, ਤਾਂ ਆਪਣੇ 'ਚ ਪਾਣੀ ਦੀ ਘਾਟ ਹੋ ਸਕਦੀ ਹੈ, ਇਸ ਵਾਸਤੇ ਆਪਾਂ ਨੂੰ ਪਾਣੀ ਦਾ ਐਂਪਲ ਪੀਣਾ ਅਤੇ ਆਪਦੇ ਨਾਲ ਰੱਖਣਾ ਵੀ ਹੈ। ਦੂਜਾ, ਪਾਣੀ ਪੀਣਾ ਕਿਹੜਾ ਹੈ ਆਪਾਂ ਨੂੰ ਸਭ ਤੋਂ, ਦੇਖੋ ਨਾ, ਆਪਾਂ ਕਈ ਵਾਰੀ ਜਾਂਦੇ ਹਾਂ ਆਪਾਂ ਬਾਹਰੋਂ ਐਵੇਂ ਕਈ ਵਾਰੀ ਅਨਕਵਰ ਚੀਜ਼ਾਂ ਤੋਂ ਚੀਜ਼ਾਂ ਖਾ ਲੈਂਦੇ ਹਾਂ, ਪਾਣੀ ਸਾਫ਼ ਨਹੀਂ ਪੀਂਦੇ, ਤਾਂ ਬੇਸਿਕਲੀ ਹਾਂ ਹਾਂਜੀ, ਦੇਖੋ ਕਈ ਵਾਰੀ ਫਾਸਟ ਫੂਡ ਦੇ ਲੋਕ ਖਾਣ ਦੇ ਸ਼ੌਕੀਨ ਹੁੰਦੇ ਨੇ, ਤਾਂ ਦੇਖੋ ਪਹਿਲੀ ਗੱਲ ਤਾਂ ਗਰਮੀ ਦੇ ਸੀਜ਼ਨ 'ਚ ਬਾਹਰ ਦਾ ਨਾ ਖਾਓ, ਤਾਂ ਕਿ ਆਪਾਂ ਨੂੰ ਕਈ ਵਾਰੀ ਕੋਲਰਾ, ਹੈਜਾ ਜਾਂ ਡਾਇਰੀਆ ਦੇ 'ਚ ਇਸ ਪੇਸ਼ੈਂਟਸ ਵੱਧ ਜਾਂਦੇ ਨੇ, ਹਾਲ ਦੀ ਗੜੀ 'ਚ ਨਹੀਂ ਆਏ। ਜੇ ਆਪਾਂ ਕਿਸੇ ਵੀ ਦੇਖੋ ਉੱਥੋਂ ਖਾਣਾ ਖਾ ਰਹੇ ਹਾਂ ਜਿੱਥੇ ਮੱਖੀਆਂ ਵੀ ਉਹ ਅਨਕਵਰਡ ਹੈ ਫੂਡ ਸਟਾਲ, ਤਾਂ ਉਹੀ ਇਨਫੈਕਸ਼ਨ ਹੋਏਗੀ ਆਪਾਂ ਨੂੰ ਹੋਏਗੀ, ਅਤੇ ਆਪਾਂ ਨੂੰ ਲੂਜ਼ ਮੋਸ਼ਨ ਦੇ ਚਾਂਸਿਸ ਨੇ, ਲੂਜ਼ ਮੋਸ਼ਨ ਦਾ ਆਪਣੇ ਬੋਡੀ 'ਚੋਂ ਪਾਣੀ ਦਾ ਲੋਸ ਹੋਏਗਾ। ਇੱਕ ਗਰਮੀ ਦੇ ਕਾਰਨ ਪਾਣੀ ਦਾ ਲੋਸ ਹੋ ਰਿਹਾ, ਦੂਜਾ ਆਪਾਂ ਲੂਜ਼ ਮੋਸ਼ਨ ਦੇ ਕਾਰਨ ਹੋਣਾ, ਤਾਂ ਆਪਾਂ ਡੀਹਾਈਡਰੇਟ ਹੋ ਸਕਦੇ ਹਾਂ। ਕਿਉਂਕਿ ਸਰ ਇਸ ਮੌਸਮ 'ਚ ਕਿਉਂਕਿ ਬਿਮਾਰੀਆਂ ਦਾ ਵੀ ਖਤਰਾ ਹੁੰਦਾ, ਜਿੱਦਾਂ ਤੁਸੀਂ ਕਿਹਾ ਕਿ ਪਾਣੀ ਤਾਂ ਜ਼ਰੂਰ ਪੀਣਾ ਹੀ ਪੀਣਾ, ਔਰ ਜੇ ਬਾਹਰ ਦੀ ਚੀਜ਼ਾਂ ਨੇ ਜਿਹੜੀ ਅਨਕਵਰਡ ਨੇ ਜਾਂ ਫਿਰ ਅਨਹਾਈਜੀਨਿਕ, ਹਾਂ ਬਿਲਕੁਲ ਬਿਲਕੁਲ ਹੀ ਨਹੀਂ ਖਾਣੀਆਂ। ਦੇਖੋ ਪਹਿਲੀ ਤਾਂ ਪ੍ਰਾਇਰਟੀ ਹੈ, ਦੇਖੋ ਆਪਾਂ ਬਾਹਰ ਦਾ ਨਾ ਖਾਇਆ ਜਾਏ, ਲੇਕਿਨ ਜੇ ਖਾਣਾ ਤਾਂ ਆਪਾਂ ਉਸ ਜਗ੍ਹਾ ਤੋਂ ਖਾਈ ਜਿੱਥੇ ਕਵਰਡ ਹੋਵੇ, ਸਾਫ਼ ਹੋਵੇ, ਜਿਹਦੀ ਆਪਾਂ ਨੂੰ ਰਿਲਾਇਬਿਲਟੀ ਪਤਾ ਵੀ ਇਹਨਾਂ ਜਿਹੜੇ ਕਾਰੀਗਰ ਨੇ ਸਹੀ ਆਪਦੇ ਪ੍ਰੀਕੋਸ਼ਨਸ ਨਾਲ ਹੱਥ ਸਾਫ਼ ਕਰਕੇ ਖਾਣਾ ਬਣਾਉਂਦੇ ਨੇ, ਤਾਂ ਉੱਥੋਂ ਹੀ ਖਾਈਏ। ਅਤੇ ਪਰ ਪਾਣੀ ਨੂੰ ਤੁਸੀਂ ਆਪਦਾ ਪੀਂਦੇ ਰਹੋ, ਜੂਸ ਪੀਓ, ਕਵਰਡ ਜੂਸ ਜਿਹੜੇ ਪੈਕ ਜੂਸ ਅਵੋਇਡ ਕਰੋ, ਫਰੈਸ਼ ਜੂਸ ਜਿਹੜਾ ਤੁਹਾਡੇ ਸਾਹਮਣੇ ਕੋਈ ਫਰੂਟਸ ਦਾ ਕੱਢ ਰਿਹਾ ਤਾਂ ਪੀ ਲਓ। ਹਾਂਜੀ ਹਾਂਜੀ, ਐਲਡਰਲੀ ਪੀਪਲ ਨੇ ਕੋਈ ਡਿਜ਼ੀਜ਼ ਪ੍ਰੋਨ ਨੇ ਉਹ ਨਾ ਜਾਣ, ਮਾਰ ਬਾਹਰ ਨਾ ਜਾਣ ਜੇ ਤੁਹਾਨੂੰ ਕੋਈ ਐਮਰਜੈਂਸੀ ਨਹੀਂ ਹੈਗੀ ਤਾਂ। ਬਹੁਤ ਜ਼ਰੂਰੀ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹਾਲਾਂਕਿ ਹੁਣ ਹੀਟ ਵੇਵ ਦਾ ਜਿਹੜਾ ਕਹਿਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ, ਔਰ ਇਹਦੇ ਵਿੱਚ ਮੌਸਮ ਵਿਭਾਗ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਔਰ ਡਾਕਟਰਸ ਵੀ ਲਗਾਤਾਰ ਕਿਉਂਕਿ ਹੀਟ ਵੇਵ ਨੂੰ ਲੈ ਕੇ ਹੀਟ ਸਟ੍ਰੋਕ ਦੀ ਪ੍ਰੋਬਲਮ ਜਾਂ ਫਿਰ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਨੇ, ਇਸ ਕਰਕੇ
ਇਸ ਵਾਰੀ, ਕਿਉਂਕਿ ਟੈਂਪਰੇਚਰ ਕਾਫੀ ਰਾਈਜ਼ ਹੋਣ ਵਾਲਾ ਹੈ, 46-47 ਤੱਕ ਪਹੁੰਚਣ ਵਾਲਾ ਜਿਹੜਾ ਅਕੋਰਡਿੰਗ ਟੂ ਵੈਦਰ ਡਿਪਾਰਟਮੈਂਟ। ਇਸ ਕਰਕੇ ਲੋਕਾਂ ਨੂੰ ਬਹੁਤ ਹੀ ਇਤਿਹਾਤ ਰੱਖਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਬਚਣਾ, ਆਪਣੇ ਜਿਹੜਾ ਪਰਿਵਾਰਿਕ ਮੈਂਬਰ ਹੈ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸੇਵ ਕਰਨਾ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।